ਲੜ ਆਉਣ, ਝੱਖੜ ਝੁੱਲਣ, ਮਦਦ ਲਈ ਅੱਗੇ ਆਉਂਦੇ ਨੇ ਸਿੱਖ। ਕਿਸੇ ਵੀ ਵੀਰ ਭੈਣ ਤੇ ਕੋਈ ਵੀ ਮੁਸ਼ਕਿਲ ਪੈਣ ਤੇ ਢਾਲ ਬਣਦੇ ਨੇ ਸਿੱਖ। ਤੇ ਇਸ ਵਾਰ ਵੀ ਚਰਚੇ ਸਿੱਖਾਂ ਦੇ ਨੇ। ਜੀ ਹਾਂ, ਦੋ ਸਿੱਖਾਂ ਦੇ, ਜਿਨ੍ਹਾਂ ਨੇ ਖਰਾਬ ਹੋਈ ਐਂਬੂਲੈਂਸ ਨੂੰ ਲਗਭਗ 20 ਕਿਲੋਮੀਟਰ ਤੱਕ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਪੈਰਾਂ ਨਾਲ ਧੱਕ ਕੇ ਹੀ ਹਸਪਤਾਲ ਪਹੁੰਚਾ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਹੜਾ ਵੀ ਇਸ ਵੀਡੀਓ ਨੂੰ ਵੇਖ ਰਿਹਾ, ਇਹਨਾਂ ਸਿੱਖਾਂ ਨੂੰ ਹੱਲਾ ਸ਼ੇਰੀ ਅਤੇ ਸ਼ਾਬਾਸ਼ੀ ਦੇ ਰਿਹਾ। ਕੌਣ ਨੇ ਇਹ ਦੋ ਸਰਦਾਰ ਲੋਕ, ਇਸ ਬਾਰੇ ਕਿਸੇ ਨੂੰ ਨਹੀਂ ਪਤਾ, ਪਰ ਹਰ ਕੋਈ ਇਹੀ ਕਹਿ ਰਿਹਾ ਕਿ ਰੱਬ ਦੇ ਬੰਦੇ ਨੇ ਇਹ ਦੋਵੇਂ ਸਰਦਾਰ, ਜਿਨ੍ਹਾਂ ਨੇ ਐਂਬੂਲੈਂਸ ਨੂੰ 20 ਕਿਲੋਮੀਟਰ ਤੱਕ ਪੈਰਾਂ ਨਾਲ ਹੀ ਧੱਕ ਦਿੱਤਾ। ਲੋ, ਤੁਸੀਂ ਵੀ ਵੇਖੋ ਇੱਕ ਵਾਰ ਇਹ ਵੀਡੀਓ। देखिए, ये हाल बिस्किट टूटू का है, जो कि गाड़ी आरएमएल हॉस्पिटल के लिए पेशेंट ट्रांसफर के लिए गई थी दीनदयाल से। ये गाड़ी वहीं पर रास्ते में बंद हो गई और इस गाड़ी को कुछ साथियों की मदद से, हमारे पास टो करने के लिए कुछ सामान नहीं था, तो फिर कुछ लोग आए साथ में, साथ मदद करने के लिए इन लोगों ने, भाइयों ने मदद करी हमारी। ये सरदार जी हैं जो मदद के लिए आए हैं आगे, और इन्होंने कम से कम 20 किलोमीटर मेरा मानना है जो गाड़ी अब इस तरीके से टो करते हुए लेके आए हैं। इससे पता चलता है कि अभी इंसानियत बाकी है। इस वीडियो दे चर्चे दुनिया भर विच हो रहे ने। भाई होण भी क्यों ना, काम ही अजिहा कीता। ਪੰਜਾਬੀ ਲੋਕ ਚੈਨਲ ਵੀ ਇਹਨਾਂ ਦੋਵੇਂ ਸਿੱਖਾਂ ਨੂੰ ਦਿਲੋਂ ਸਲਾਮ ਕਰਦਾ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਅਸੀਂ ਇਹੀ ਕਹਾਂਗੇ ਕਿ ਧੰਨ ਬਾਬਾ ਨਾਨਕ ਤੇ ਧੰਨ ਬਾਬਾ ਨਾਨਕ ਦੇ ਸਿੱਖ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।